वो ऐसी की तैसी कीती है इंडिया दे विच जाके, मतलब एक एग्रीकल्चर मिनिस्टर सद के साडे प्राइम मिनिस्टर नूं उत्थे मतलब ग्रीट करता है एयरपोर्ट ते, एयरपोर्ट ते उहनां दी ओह बेइज्जती होई आ आपां सारे ने देखी आ। पर हाँ ਇਹ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਟਰੂਡੋ ਜਦੋਂ ਪੰਜਾਬ ਗਿਆ ਉਹਨੂੰ ਉਹ ਸਵਾਗਤ ਦਿੱਤਾ ਗਿਆ ਜੋ ਕਦੇ ਕਿਸੇ ਫੋਰਨ ਲੀਡਰ ਨੂੰ ਕਦੇ ਪਹਿਲਾਂ ਨਾ ਦਿੱਤਾ ਗਿਆ ਹੋਵੇ। ਪੰਜਾਬ ਦੇ ਲੋਕਾਂ ਨੇ ਆਪਣੀ ਖੁੱਲੀਆਂ ਬਾਹਾਂ ਨਾਲ ਉਸ ਨੂੰ ਇੰਪ੍ਰੈਸ ਕੀਤਾ। ਬਾਕੀ ਇੰਡੀਆ 'ਚ ਇਹੋ ਜਿਹਾ ਕੁਛ ਨਹੀਂ ਸੀ। ਹੁਣ ਕੈਨੇਡੀਅਨ ਸਰਕਾਰ ਕੋਲ ਇਹ ਮੌਕਾ ਆ ਕਿ ਇਹ ਸਿੱਧੀ ਗੱਲ ਕਰਨ ਕਿ ਵੀ ਇੰਡੀਆ ਇੱਕ ਗੰਦੀ ਖੇਡ ਖੇਡ ਰਿਹਾ, ਸਾਡੀ ਸਿੱਖ ਕਮਿਊਨਿਟੀ ਨੂੰ ਇੱਥੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਤੇ ਅਸੀਂ ਇਸ ਫੋਰਨ ਇੰਟਰਫੇਰੈਂਸ ਜਿਸ ਤਰ੍ਹਾਂ ਅਸੀਂ ਰਸ਼ੀਅਨ ਫੋਰਨ ਇੰਟਰਫੇਰੈਂਸ ਨੂੰ ਅਸੀਂ ਕਾਲ ਆਊਟ ਕਰਦੇ ਹਾਂ, ਚਾਈਨੀਜ਼ ਫੋਰਨ ਇੰਟਰਫੇਰੈਂਸ ਨੂੰ ਕਾਲ ਆਊਟ ਕਰਦੇ ਹਾਂ, ਅਸੀਂ ਇੰਡੀਅਨ ਇੰਟਰਫੇਰੈਂਸ